ਇਹ ਜੋ ਤੁਸੀਂ ਹਥਿਆਰ ਦੇਖ ਰਹੇ ਹੋ ਇਹ ਉਹਨਾਂ ਨੌਜਵਾਨਾਂ ਤੋਂ ਬਰਾਮਦ ਕੀਤੇ ਗਏ ਹੈ ਜੋ ਕਿ ਇੱਕ ਬੰਬੀਹਾ ਗਰੁੱਪ ਨਾਲ ਸੰਬੰਧ ਰੱਖਦੇ ਆ। ਇਹ ਤਿੰਨ ਨੌਜਵਾਨ ਉਹ ਨੌਜਵਾਨ ਹੈ ਜਿਨ੍ਹਾਂ ਨੇ ਬਠਿੰਡਾ ਅਤੇ ਮੋਗਾ ਦੇ ਵਿੱਚ ਬਹੁਤ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਅਤੇ ਪਹਿਲਾਂ ਵੀ ਕੁਝ ਵਾਰਦਾਤਾਂ ਕੀਤੀਆਂ ਹਨ ਅਤੇ ਪੁਲਿਸ ਪ੍ਰਸ਼ਾਸਨ ਦੀ ਵੱਡੀ ਕਾਮਯਾਬੀ ਤੋਂ ਬਾਅਦ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਅਤੇ ਇਸ ਦੌਰਾਨ ਬਠਿੰਡਾ ਦੇ SSP ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਅਤੇ ਉਹਨਾਂ ਤੋਂ ਪਤਾ ਕਰਦੇ ਹਾਂ ਕੀ ਹੈ ਮਸਲਾ ਪੂਰਾ ਅਤੇ ਕੀ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੀ ਅਤੇ ਉਹਦੇ ਬਾਰੇ SSP ਸਾਹਿਬ ਦੱਸ ਰਹੇ ਆ। ਆਓ ਦੇਖਦੇ ਹਾਂ। ਵਿਸ਼ੇ ਦੇ ਸੰਬੰਧ ਵਿੱਚ ਅਸੀਂ ਕਰਨਾ ਚਾਹੁੰਦੇ ਐਂਡ ਮੈਂ ਸ਼ਾਰਟ 'ਚ ਮੈਂ ਤੁਹਾਨੂੰ ਬਰੀਫ ਕਰ ਦੇਣਾ। ਸਭਸੇ ਪਹਿਲੇ ਜਿਹੜੇ ਮੇਨ ਕੇਸ ਹੈ ਜੋ ਪ੍ਰੈਸ ਮੈਂ ਬਰੀਫ ਕਰਨਾ ਚਾਹੁੰਦੇ ਇਹ ਹੈ, ਅਸੀਂ ਸਾਡੇ ਟੀਮ ਨੇ ਦੇਵਿੰਦਰ ਬੰਬੀਆ ਜੋ ਗੈਂਗਸਟਰ ਹੈ ਉਹਨਾਂ ਦੀ ਗੈਂਗ ਦੀ ਨਾਲ ਜੁੜੇ ਹੋਏ ਹੈ ਤਿੰਨ ਕ੍ਰਿਮੀਨਲ ਸ਼ੂਟਰ ਨੂੰ ਕਾਬੂ ਕੀਤਾ। ਉਹਨਾਂ ਤੋਂ ਤਿੰਨ ਵੈਪਨ ਬਰਾਮਦ ਕੀਤੇ ਨੇ ਪੁਲਿਸ ਨੇ, ਔਰ ਇਹ ਜਿਹੜਾ ਤਿੰਨ ਵੈਪਨ ਦੇ ਵਿੱਚ ਕੁਛ ਵੈਪਨ ਹਾਈ ਐਂਡ ਮਾਡਲ ਨੇ, ਵਿਦੇਸ਼ੀ ਤੋਂ ਲਿੰਕਡ ਨੇ ਐਂਡ ਇਹ ਵੈਪਨ ਇਹਨਾਂ ਨੇ ਕਿੱਥੋਂ ਹਾਸਲ ਕਰਾਇਆ, ਕਿਵੇਂ ਹੈ, ਕੀ ਹੈ, ਉਹ ਮੈਟਰ ਆਫ ਇਨਵੈਸਟੀਗੇਸ਼ਨ। ਔਰ ਹੁਣ ਤੱਕ ਜਿਹੜੇ ਤਫਤੀਸ਼ ਮੈਂ ਇਹ ਗੱਲ ਸਾਹਮਣੇ ਆਈ ਹੈ ਇਹ ਜਿਹੜੇ ਤਿੰਨੋਂ ਸ਼ੂਟਰ ਨੂੰ ਜਿਹੜਾ ਬੰਬੀਆ ਗਰੁੱਪ ਨੇ ਇਹਨਾਂ ਨੂੰ ਕੁਛ ਟਾਸਕਾਂ ਦਿੱਤੀ ਹੋਈ ਹੈ, ਉਹਨਾਂ ਨੇ ਬਠਿੰਡਾ ਔਰ ਮੋਗਾ ਜ਼ਿਲ੍ਹਾ ਦੇ ਵਿੱਚ ਕੁਛ ਟਾਰਗੇਟ ਕਰਕੇ ਵਾਰਦਾਤ ਕਰਨਾ ਸੀ ਐਂਡ ਅਸੀਂ ਟਾਈਮਲੀ ਇਹਨਾਂ ਨੂੰ ਕਾਬੂ ਕਰ ਲਈ ਹੈ ਐਂਡ ਜਿਹੜੇ ਟਾਰਗੇਟ ਹੈ ਲਗਭਗ ਸਾਨੂੰ ਕਲੀਅਰ ਹੋ ਗਏ ਹੈ ਔਰ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਦੇ ਵਿੱਚ ਕੀ ਹੈ ਔਰ ਕਾਰਨ ਕੀ ਹੈ, ਕੋਈ ਪੁਰਾਣਾ ਰੰਜਿਸ਼ਬਾਜ਼ੀ ਹੈ ਜਾਂ ਕੋਈ ਕਿਸੇ ਹੋਰ ਰੀਜ਼ਨ ਹੈ, ਤਾਂ ਅਸੀਂ ਵਰਕਆਊਟ ਕਰ ਰਹੇ ਹਾਂ ਇਹਨਾਂ ਦੀ, ਅਸੀਂ ਰਿਮਾਂਡ ਲੈ ਕੇ ਫਰਦਰ ਵਰਕਆਊਟ ਕਰਾਂਗੇ। ਜਿਹੜੇ ਸ਼ੂਟਰਸ ਹੈ ਬੰਬੀਆ ਗਰੁੱਪ ਕੇ ਲਿੰਕਡ ਹੈ ਉਹ ਸ਼ਾਇਦ ਸਾਨੂੰ ਕਲੀਅਰ ਹੈ, ਜਿਹੜਾ GRP ਥਾਣਾ ਦੇ ਇਲਾਕਾ ਦੇ ਵਿੱਚ ਇੱਕ ਗੋਲੀ ਚਲੀ ਸੀ ਉਸਮੇ ਬਾਈ ਨੇਮ ਪਰਚਾ ਦਰਜ ਇੱਕ ਡੈਨਿਸ ਜੋ ਕ੍ਰਿਮੀਨਲ ਹੈ ਔਰ ਇਹ ਸਾਰੇ ਉਨਕੇ ਸਾਥ ਐਸੋਸੀਏਟਡ ਨੇ ਐਂਡ ਇਸ ਤੋਂ ਇਲਾਵਾ ਇਹ ਜਿਹੜੇ ਸ਼ੂਟਰਸ ਹੈ ਜਿਹੜੇ ਵੈਪਨਸ ਹੈ ਕੁਛ ਸਾਨੂੰ ਉਮੀਦ ਹੈ ਜਗਰਾਉਂ ਦੇ ਵਿੱਚ ਇੱਕ ਮਹੀਨਾ ਦੀ ਪਹਿਲੇ ਇੱਕ ਟਾਰਗੇਟ ਕਿਲਿੰਗ ਹੋਈ ਸੀ ਉਹਦੇ ਵੀ ਲਿੰਕਡ ਲੱਗ ਰਹੇ ਨੇ ਐਂਡ ਅਸੀਂ ਇਹ ਮੈਟਰ ਨੂੰ ਜਗਰਾਉਂ ਪੁਲਿਸ ਦੇ ਨਾਲ ਵੀ ਟੈਕਅਪ ਕਰ ਰਹੇ ਹੈ, ਵਰਕਆਊਟ ਕਰ ਰਹੇ ਹੈ। ਇਹ ਸਾਰੇ ਤਫਤੀਸ਼ੀ ਡਿਟੇਲ ਮੁਕੰਮਲ ਹੋਣ ਕੇ ਬਾਅਦ ਹੀ ਕਲੀਅਰ ਹੋ ਸਕਤੇ ਹੈ ਔਰ ਜਿਹੜੇ ਇਹਨਾਂ ਨੇ ਮੋਗਾ ਜ਼ਿਲ੍ਹਾ ਦੇ ਵਿੱਚ ਬਠਿੰਡਾ ਜ਼ਿਲ੍ਹਾ 'ਚ ਕਿਸ ਕਿਸ ਕੋ ਟਾਰਗੇਟ ਕਰਨਾ ਹੈ ਕਿਆ ਰੀਜ਼ਨਸ ਹੈ ਔਰ ਜਗਰਾਉਂ ਮੈਂ ਕਿਆ ਕਾਰਨ ਤੇ ਔਰ ਯਹਾਂ ਪੇ ਵੀ ਕਿਆ ਹੈ ਉਹ ਸਾਰੇ ਅਸੀਂ ਸਾਡੀ ਟੀਮ ਇਨਵੈਸਟੀਗੇਸ਼ਨ ਕਰ ਰਹੀ ਹੈ। ਮੈਂ ਆਖਿਰ ਦੇ ਵਿੱਚ ਬਠਿੰਡਾ ਆਪਣੇ ਜ਼ਿਲ੍ਹਾ ਨਿਵਾਸੀਆਂ ਨੂੰ ਔਰ ਸ਼ਹਿਰ ਨਿਵਾਸੀਆਂ ਨੂੰ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹਤੇ ਬਠਿੰਡਾ ਪੁਲਿਸ ਪਿਛਲੇ ਕਾਫੀ ਸਮਾਂ ਤੇ ਕ੍ਰਾਈਮ ਔਰ ਲਾ ਐਂਡ ਆਰਡਰ ਨੂੰ ਕੰਟਰੋਲ ਕਰਨ ਲਈ ਕਾਫੀ ਐਫਰਟਸ ਕਰ ਰਹੇ ਹੈ ਔਰ ਸਫਲਤਾ ਵੀ ਹੋਈ ਹੈ। ਉਸਕੀ ਇੱਕ ਨਮੂਨਾ ਹੈ ਅੱਜ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਮੈਨੇ ਪੇਸ਼ ਕੀਤਾ ਹੈ ਔਰ ਆਉਣ ਵਾਲੇ ਸਮਾਂ ਦੇ ਵਿੱਚ ਬਠਿੰਡਾ ਪੁਲਿਸ ਸੇਮ ਤਰਫ ਕਾ ਹੀ ਕੰਟੀਨਿਊਸਲੀ ਕੰਮ ਕਰੇਗੀ, ਉਹ ਅਸੀਂ ਅਸ਼ਿਓਰ ਕਰਦੇ ਹਾਂ। ਤੁਹਾਡੇ ਸੇਫਟੀ ਐਂਡ ਸਿਕਿਉਰਿਟੀ ਸਾਡੇ ਲਈ ਇੰਪੋਰਟੈਂਟ ਹੈ। ਬਾਕੀ ਮੈਂ ਲਾਸਟ ਦੇ ਵਿੱਚ ਪ੍ਰੈਸ ਸਾਰਿਆਂ ਨੂੰ ਤੁਹਾਨੂੰ ਮੈਂ ਦਿਲੋਂ ਧੰਨਵਾਦ ਕਰਨਾ ਚਾਹਤੇ ਆਪ ਲੋਕ ਨੇ ਸਾਡੇ ਨਾਲ ਬਹੁਤ ਸਹਿਯੋਗ ਦਿੱਤਾ ਔਰ ਹਮ ਦੋਨੋਂ ਇੱਕ ਦੂਸਰਾ ਸਪੋਰਟ ਮੈਂ ਹੀ ਕੰਮ ਕੀ ਹੈ ਔਰ ਆਗੇ ਵੀ ਹਮ ਕੈਰੀ ਫਾਰਵਰਡ ਕਰੇਂਗੇ। ਥੈਂਕ ਯੂ। ਇਹਦੇ 'ਚ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਤਿੰਨ ਸ਼ੂਟਰ ਇਹਨਾਂ ਨੇ ਕੋਰੀਅਨ ਡਿਲੀਵਰੀ ਮੈਨ ਬਣ ਕੇ ਮਰਡਰ ਟਾਰਗੇਟ ਕਿਲਿੰਗ ਕਰਨੀ ਸੀ, ਜਿਹੜੇ ਦੁਬਈ 'ਚ ਬੈਠੇ ਨੇ ਕੁਛ ਗੈਂਗਸਟਰ ਉਹਨਾਂ ਦੇ ਕਹਿਣ 'ਤੇ ਕੀ ਇਹ ਕਨਫਰਮ ਹੈ? ਮੈਨੇ ਪਹਿਲੇ ਹੀ ਦੱਸ ਦਿੱਤਾ ਇਹਨਾਂ ਨੇ ਬਠਿੰਡਾ ਔਰ ਮੋਗਾ ਜ਼ਿਲ੍ਹਾ ਦੇ ਵਿੱਚ ਕੁਛ ਇਨਪੁਟਸ ਨੇ ਸਾਡੇ ਕੋਲ ਔਰ ਖਾਸ ਕਰਕੇ ਮੋਗਾ ਜ਼ਿਲ੍ਹਾ ਦੇ ਕਿ ਕਾਫੀ ਲੀਡਸ ਨੇ ਔਰ ਸਾਡੇ ਇਨਵੈਸਟੀਗੇਸ਼ਨ ਕੇ ਮੁਤਾਬਕ ਇਹ ਉੱਤੇ ਕੁਛ ਬੰਦੇ ਨੇ ਆਈਡੈਂਟੀਫਾਈ ਵੀ ਕੀਏ ਹੋਏ ਨੇ ਟਾਰਗੇਟਸ ਔਰ ਉੱਪਰ ਸੇ ਇਹਨਾਂ ਦੀ ਡਾਇਰੈਕਸ਼ਨਸ ਕੇ ਲਈ ਫਰਦਰ ਇਹ ਵੇਟ ਕਰ ਰਹੇ ਥੇ ਐਗਜੈਕਟਲੀ ਟਾਰਗੇਟ ਉਹੀ ਨੇ ਜਾਂ ਕਿਸੇ ਹੋਰ ਟਾਰਗੇਟ ਚੇਂਜ ਹੋਣ ਵਾਲੇ ਹੈ ਜਾਂ ਬਠਿੰਡਾ ਮੈਂ ਔਰ ਕੋਈ ਆਉਣ ਵਾਲੇ ਹੈ। ਦਿਸ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਐਂਡ ਹੋਪਫੁਲੀ ਜਿਹੜਾ ਮੋਗਾ ਵਾਲੀ ਟਾਰਗੇਟ ਹੈ ਕੀ ਹੈ ਕੀ ਨਹੀਂ ਹੈ ਤੋ ਮੈਂ ਹੀ ਉੱਤੇ ਜਾ ਕੇ ਕੰਟੀਨਿਊ ਕਰਾਂਗੇ। ਨੋ ਇਹਦੀ 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 ਡਿਟੇਲਸ ਟੋਟਲੀ ਇਹਦੇ ਟੋਟਲ ਅਲੱਗ ਮੈਟਰ ਹੈ। ਅਭੀ ਇਹਦੇ ਵਿੱਚੋਂ ਹੁਣ ਤੱਕ ਐਕਸਟ੍ਰਾਸ਼ਨ ਜਾਂ ਆਪਸ ਮੈਂ ਐਸੇ ਕੋਈ ਨਹੀਂ ਹੈ, ਮੇ ਬੀ ਕੋਈ ਪੁਰਾਣਾ ਇਸ਼ੂਸ ਹੋ ਸਕਤੇ ਹੈ। ਦੇਖੋ ਇਸ ਅਭੀ ਤਾਂ ਫਿਲਹਾਲ ਜਿਤਨਾ ਲੀਡ ਮਿਲੇ ਹੈ ਅਸੀਂ ਤੁਹਾਨੂੰ ਸ਼ੇਅਰ ਕਰ ਲਈ ਹੈ, ਬਾਕੀ ਵਰਕਆਊਟ ਕਰ। ਦੇਖੋ ਹੈਰੀ ਮੋਡ ਕਾ ਵੀ ਫਿਲਹਾਲ ਜਿਹੜੇ ਸਾਡੇ ਇਨਫੋਰਮੇਸ਼ਨ ਕੇ ਮੁਤਾਬਕ ਜੋ ਸਾਨੂੰ ਉਮੀਦ ਹੈ ਬਾਹਰ ਹੋ ਸਕਦਾ ਹੈ,
जहाँ तो आइडेंटिटी चेंज करके इतने ही है, बट वो अभी जो 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 नेटवर्क्स हैं जो हमने पकड़े हैं ये कितने कितने उधर ना टच में है। टच में इन द सेंस आमने सामने तो कभी नहीं है, मिले नहीं, ओनली थ्रू फोन कॉल्स इन द डायरेक्शंस है। अभी इन्हों ने ये भी क्लियर नहीं है आगे टारगेट्स नू किवें वर्कआउट करना है की नहीं है, दे वर वेटिंग फॉर द डायरेक्शंस।